ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲਾਂ ਅਤੇ ਤੁਹਾਡਾ ਸਵਾਗਤ ਕਰਦੇ ਹਾਂ ਆਪਦੇ ਚੈਨਲ ਦੇ ਉੱਤੇ। ਅਤੇ ਕੁਛ ਦਿਨਾਂ ਤੋਂ ਤੁਸੀਂ ਦੇਖ ਰਹੇ ਹੋਣੇ ਆ ਵੀ ਸਾਡੇ ਤੱਕ ਵੀ ਇੱਕ ਵੀਡੀਓ ਪਹੁੰਚੀ ਸੀਗੀ, ਮੈਂ ਉਹਦਾ ਨਾਮ ਤਾਂ ਨਹੀਂ ਲਊਂਗਾ ਚੈਨਲ ਦਾ, ਪਰ ਉਹਦੇ ਵਿੱਚ ਬੰਦਾ ਸਾਡੇ ਸੰਤਰੀ ਟਰੈਕਟਰ ਬਾਰੇ ਕੋਈ ਗੱਲ ਕਹਿ ਰਿਹਾ ਆ। ਉਹ ਦੱਸ ਰਿਹਾ ਹੈ ਵੀ ਇੰਜਨ ਦਾ ਪੂਰੇ ਪੰਜਾਬ ਦੇ ਵਿੱਚੋਂ ਥਰਮੋਸਟੇਟ ਵਾਲ ਨਹੀਂ ਮਿਲਿਆ। ਅਤੇ ਮੈਂ ਵੀਰ ਨੂੰ ਕਹਿਣਾ ਚਾਹੂੰਗਾ ਵੀ ਸਾਡੀ ਇਹ ਜਿਹੜੀ ਪੰਜਾਬ ਦੀ ਆ ਆਪਣੀ 2016 ਤੋਂ ਏਜੰਸੀ ਹੈਗੀ ਆ ਆਪਣਾ ਮੋਗੇ ਦੇ ਵਿੱਚ, ਮੁੱਲਾਪੁਰ ਦੇ ਵਿੱਚ, ਅਤੇ ਗੁਰੂ ਨਾਨਕ ਆਟੋਮੋਬਾਈਲ ਬੋਰਡ ਦੇ ਵਿੱਚ ਵੀ ਪੁਰਾਣੀ ਏਜੰਸੀ ਆਪਣੀ 2018 ਤੋਂ ਸਟਾਰਟ 2018 ਤੋਂ ਸਟਾਰਟ ਕਰਿਆ ਹੋਇਆ। ਅਤੇ ਵੀਰ ਮੇਰੇ ਸਭ ਤੋਂ ਵੱਡੀ ਗੱਲ ਤੂੰ ਕਹੀ ਆ ਵੀ ਜਿਹੜਾ ਇਹਦਾ ਗੈਸਕਟ ਆ, ਗੈਸਕਟ ਮਿਲਿਆ 7000 ਦਾ। ਹੁਣ ਪਤਾ ਨਹੀਂ ਉਹ ਕਦੋਂ ਦੀ ਪ੍ਰੋਬਲਮ ਆਈ ਸੀਗੀ, ਅਤੇ ਅੱਜ ਮੈਂ ਤੈਨੂੰ ਇੱਕ ਚੀਜ਼ ਦਿਖਾਉਣੀ ਚਾਹੁੰਦਾ ਹਾਂ ਅਤੇ ਪਬਲਿਕ ਨੂੰ ਵੀ ਦਿਖਾਉਣਾ ਚਾਹੁੰਦਾ ਵੀ ਆਹ ਸਾਡਾ ਹੈੱਡ ਗੈਸਕਟ ਆ, ਅਤੇ ਹੈੱਡ ਗੈਸਕਟ ਦਾ ਮੈਂ ਤੈਨੂੰ ਦਿਖਾਉਣਾ ਚਾਹੁੰਦਾ ਹਾਂ ਵੀ ਇਹ ਜਨਤਾ ਆਪ ਵੀ ਦੇਖ ਲਵੇ। 1405 ਰੁਪਈਏ ਰੇਟ ਆ ਔਰ ਮੇਡ ਇਨ ਜਪਾਨ, ਮੇਡ ਇਨ ਜਪਾਨ ਕਬੋਟਾ। 1405 ਰੁਪਈਏ ਆਹ ਹੈੱਡ ਗੈਸਕਟ ਲਿਖਿਆ ਆ, ਗੈਸਕਟ ਸਿਲੰਡਰ ਹੈੱਡ, ਮਾਰਚ 2022 ਦੀ ਆ। ਇਹ ਨਹੀਂ ਹੈਗਾ ਵੀ ਇਹ ਰਾਤੋਂ ਰਾਤ ਹੀ ਮਤਲਬ ਇੰਨਾ ਮਹਿੰਗਾ ਹੋ ਗਿਆ ਹੋਊਗਾ ਵੀ 1400 ਤੋਂ ਲੈ ਕੇ ਅਤੇ 7000 ਦਾ ਹੋ ਗਿਆ ਆ। ਅਤੇ ਇੱਕ ਚੀਜ਼ ਹੋਰ ਆ, ਇਹਦੇ ਵਿੱਚ ਨਾ ਸਾਈਜ਼ ਆਉਂਦੇ ਨੇ ਆ 125 ਆ, ਇਹ 15 ਤੋਂ ਸ਼ੁਰੂ ਹੁੰਦੇ ਨੇ, ਮਤਲਬ ਠੀਕ ਹੈ 15, 20, 25। ਜਿਹੜਾ 15 ਵਾਲਾ ਉਹਦਾ ਹੋਰ ਘੱਟੂਗਾ, 20 ਵਾਲੇ ਦਾ ਇਸ ਤੋਂ ਘੱਟ ਆ, 15 ਵਾਲੇ ਦਾ ਇਸ ਤੋਂ ਘੱਟ, ਠੀਕ ਹੈ। ਅਤੇ ਵੀਰ ਮੇਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ, ਪਰ ਜਿਹੜੀ ਅੱਧੀ ਅਧੂਰੀ ਜਾਣਕਾਰੀ ਆ ਨਾ ਉਹ ਬਹੁਤ ਖਤਰਨਾਕ ਹੁੰਦੀ ਆ। ਅਤੇ ਗੱਲ ਕੀਤੀ ਤੂੰ ਥਰਮੋਸਟੇਟ ਵਾਲ ਦੀ, ਆਹ ਸਾਡੇ ਕੋਲ ਏਜੰਸੀ ਦੇ ਵਿੱਚ ਇਸ ਵੇਲੇ ਵੀ ਥਰਮੋਸਟੇਟ ਵਾਲ ਮੌਜੂਦ ਪਿਆ ਆ। ਅਤੇ ਤੈਨੂੰ ਤੂੰ ਕਹਿੰਦਾ ਵੀ ਤੇਰਾ ਟਰੈਕਟਰ ਖੜ੍ਹਾ ਆ ਹਲੇ ਵੀ ਪੇਟੇ ਪਿਆ, ਸਮਾਨ ਨਹੀਂ ਮਿਲਦਾ, ਅਤੇ ਸਮਾਨ ਮੇਰਾ ਨੰਬਰ ਨੋਟ ਮੈਂ ਕਰ ਦੂੰਗਾ ਉਹਦੇ ਵਿੱਚ ਵੀਡੀਓ ਦੇ ਕੈਪਸ਼ਨ ਦੇ ਵਿੱਚ ਪਾ ਦੂੰਗਾ। ਤੈਨੂੰ ਦੱਸੀ ਤੇਰਾ ਟਰੈਕਟਰ ਤਿਆਰ ਕਰਨ ਦੇ ਲਈ ਕਿਹੜੇ ਸਮਾਨ ਦੀ ਲੋੜ ਆ, ਅਤੇ ਵਿਦ ਇਨ 48 ਆਵਰਸ ਮਤਲਬ 48 ਘੰਟਿਆਂ ਦੇ ਵਿੱਚ ਤੈਨੂੰ ਸਮਾਨ ਅਸੀਂ ਪ੍ਰੋਵਾਈਡ ਕਰਵਾਵਾਂਗੇ, ਚਾਹੇ ਇੰਡੀਆ ਦੇ ਕਿਸੇ ਕੋਨੇ ਤੋਂ ਕਰਵਾਈਏ, ਵੈਸੇ ਤਾਂ ਇੱਥੇ ਹੀ ਸਾਰਾ ਕੁਛ ਮਿਲ ਜਾਂਦਾ ਆ, ਠੀਕ ਹੈ। ਅਤੇ ਬਸ ਇੰਨੀ ਗੱਲ ਮੈਂ ਕਹਿਣੀ ਚਾਹੁੰਦਾ ਹਾਂ। ਉਹ ਤੋਂ ਬਾਅਦ ਤੁਹਾਨੂੰ ਸਮਾਨ ਦਿਖਾਉਣੇ ਆ ਜੀ, ਆਹ ਆਪਣੇ ਕੋਲ ਇਹਦੇ ਹੈੱਡ ਦੇ ਵਾਲ ਪਏ ਆ। ਸਮਾਨ ਮਤਲਬ ਕਿ ਆਪਣੇ ਕੋਲ ਸਾਰਾ ਲਗਭਗ ਪਿਆ, ਫਿਰ ਇਹ ਟੁਕੜੀਆਂ ਪਈਆਂ, ਐਸੀ ਕੋਈ ਆਈਟਮ ਹੈ ਨਹੀਂ ਜਿਹੜੀ ਆਪਣੇ ਕੋਲ ਨਾ ਮਿਲੇ। ਆਹ ਹੈੱਡ ਦੇ ਬੋਲਟ ਪਏ ਆ, ਆਹ ਫੀਡ ਪੰਪ, ਆਹ ਇਹਦਾ ਫੀਡ ਪੰਪ ਹੈ ਜੀ, ਬਾਕੀਆਂ ਦੇ ਛੋਟੇ ਮਾਡਲ ਦੇ, ਆਹ ਛੋਟੇ ਦੇ ਹੈੱਡ ਦੇ ਵਾਲ ਆ ਗਏ। ਇਹ ਇਹਦੀ ਕਨੈਕਟਿੰਗ ਰੋਡ ਹੈ ਜੀ, ਜਿਹੜੀ ਕਨੈਕਟਿੰਗ ਰੋਡ ਹੈ ਨਾ ਇਹ ਵੇਖੋ, ਇਹ ਵੀ ਇਹ ਵੇਖੋ ਜੀ, ਮਤਲਬ ਇਹ 2020 ਦੀ ਪਈ ਆ ਸਾਡੇ ਕੋਲ ਨਾ, ਨਵਾਂ ਸਮਾਨ ਕੋਈ ਨਹੀਂ ਗਾ, ਸਾਰੇ ਦਾ ਸਾਰਾ ਅਵੇਲੇਬਲ ਪਿਆ ਸਾਡੇ ਕੋਲ। 2018 ਤੋਂ ਡੀਲਰਸ਼ਿਪ ਹੈ, ਉਦੋਂ ਤੋਂ ਅਵੇਲੇਬਲ ਪਿਆ ਹਰੇਕ ਚੀਜ਼,
ਹਰੇਕ ਜਿਹੜੀ ਇਹਦੀ ਸਵਿੱਚ ਆ ਉਹ ਵੀ ਅਵੇਲੇਬਲ ਹੈ। ਐਵੇਂ ਕਿਸੇ ਪ੍ਰੋਡਕਟ ਨੂੰ ਨਿੰਦਣਾ, ਇੰਜਨ ਦੇ ਮਤਲਬ ਮੇਰੇ ਕੋਲ 4 ਤੋਂ 5 ਸੈੱਟ ਇੱਕ ਟਿਕਟਰ ਦੇ ਪਏ ਆ ਅਵੇਲੇਬਲ, ਪਹਿਲਾਂ ਮੰਗਾ ਕੇ ਰੱਖਿਆ, ਫਿਰ ਉਹ ਤੋਂ ਬਾਅਦ ਅਸੀਂ ਪ੍ਰੋਡਕਟ ਸੇਲ ਕਰਨਾ ਸ਼ੁਰੂ ਕੀਤਾ। ਮੈਨੂੰ ਤਾਂ ਸਮਝ ਨਹੀਂ ਆਉਂਦੀ ਪੰਜਾਬ ਦੇ ਕਿਹੜੇ ਕੋਨੇ ਦੇ ਵਿੱਚ ਘੁੰਮਦੇ ਰਹੇ ਹੋ ਤੁਸੀਂ। ਅਤੇ ਅਬੋਹਰ ਤੋਂ ਬੋਲ ਰਹੇ ਹਾਂ ਜੀ, ਸਾਡੇ ਕੋਲ ਆ ਦੇਖੋ ਇਹਦਾ ਜਿਹੜਾ ਸੋਲੇਨੋਇਡ ਸਵਿੱਚ ਹੈ, ਸੋਲੇਨੋਇਡ ਸਵਿੱਚ ਵੀ ਪਿਆ। ਔਰ ਪੈਕਿੰਗ ਮੇਰਾ ਖਿਆਲ ਹੈਗੀ ਆ ਦਸੰਬਰ 2018 ਦੀ ਪੈਕਿੰਗ ਆ। ਮਤਲਬ ਇਹਦੇ ਯਾਰ ਆਪਾਂ ਜੇ ਗੱਲ ਕਰੀਏ ਟਰੈਕਟਰ ਦੀ ਮੈਂਟੀਨੈਂਸ ਦੀ, ਮੈਂਟੀਨੈਂਸ ਜ਼ੀਰੋ ਮੈਂਟੀਨੈਂਸ ਆ। ਔਰ ਜੇ ਹੁਣ ਕਸਟਮਰ ਦੀ ਗਲਤੀ ਕਰਕੇ ਹੋ ਗਿਆ ਤਾਂ ਆਪਣਾ ਬੋਰਡ ਦੇ ਵਿੱਚ ਤੁਸੀਂ ਮਤਲਬ ਅਪਰੋਚ ਕਰ ਸਕਦੇ ਹੋ, ਅਤੇ ਨੰਬਰ ਤੁਹਾਨੂੰ ਵੀਡੀਓ ਦੇ ਕੈਪਸ਼ਨ ਦੇ ਵਿੱਚ ਦੇ ਦਿੱਤਾ ਜਾਊਗਾ। ਇਹ ਜਿਹੜਾ ਥਰਮੋਸ ਵਾਲ ਹੈ ਜੀ, ਇਕੱਲੇ ਇੱਕੋ ਮਾਡਲ ਦਾ ਨਹੀਂ, ਸਾਡੇ ਕੋਲ 24N211 ਤੋਂ ਲੈ ਕੇ 5502 ਤੱਕ ਸਾਰੇ ਅਵੇਲੇਬਲ ਪਏ ਆ ਥਰਮੋਸ ਵਾਲ। ਨਾਲੇ ਇਹਨਾਂ ਦੀ ਪੈਕਿੰਗ ਵੀ ਸਾਡੇ ਕੋਲ ਪਈ ਆ ਜੀ 2018 ਤੋਂ, ਉਦੋਂ ਤੋਂ ਲੈ ਕੇ ਸਾਰਾ ਸਾਡੇ ਕੋਲ ਸਮਾਨ ਪਿਆ ਜੀ। ਥਰਮੋਸ ਵਾਲ ਵੀ ਕੋਈ ਐਡਾ ਕੋਸਟਲੀ ਨਹੀਂ ਗਾ, ਕਹਿਣ ਨੂੰ ਸਿਰਫ 480 ਰੁਪਏ ਦੀ MRP ਹੈ। ਔਰ 1104 ਰੁਪਏ ਦਾ ਆ ਜਿਹੜਾ ਆਪਣਾ 5502 ਦਾ ਮਾਡਲ ਦਾ ਵੱਡੇ ਦਾ। ਹਾਂਜੀ, ਅਤੇ ਨੋਰਮਲ ਦੂਸਰੀਆਂ ਕੰਪਨੀਆਂ ਦੇ ਦੇਖਦੇ ਹਾਂ ਆਪਾਂ ਤਾਂ 900-800 ਹਜ਼ਾਰ ਇੱਥੇ ਗਏ ਆਉਂਦੇ ਨੇ, ਫਿਰ ਵੀ ਮੇਡ ਇਨ ਜਪਾਨ ਆ। ਠੀਕ ਹੈ ਜੀ, ਧੰਨਵਾਦ। ਸਾਰੇ ਦੇ ਸਾਰੇ ਮਾਡਲਾਂ ਦੇ ਰੇਡੀਏਟਰ ਪਏ ਆ। ਉਹਨਾਂ ਤੋਂ ਬਾਅਦ ਉੱਤੇ ਆ ਗਿਆ ਜੀ ਆਪਣਾ ਆਹ ਬੈਵਲ ਗੇਅਰ ਕਰਾਊਨ ਪੀਨੀਅਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਆ ਗਿਆ। ਉਹ ਤੋਂ ਬਾਅਦ ਥੱਲੇ ਵਾਲਾ ਆ ਗਿਆ ਆਪਣਾ ਵਾਟਰ ਬਾਡੀਆਂ ਵਾਲਾ ਸੈਕਸ਼ਨ, ਇਹਦੇ ਵਿੱਚ ਸਾਰੇ ਦੀਆਂ ਸਾਰੇ ਮਾਡਲਾਂ ਦੀਆਂ ਵਾਟਰ ਬਾਡੀਆਂ ਪਈਆਂ, ਸਟੇਅਰਿੰਗ ਵੀਲ ਵੀ ਪਿਆ, ਉਹਦੀਆਂ ਵਾਟਰ ਬਾਡੀ ਦੀਆਂ ਪਾਈਪਾਂ ਵੀ ਪਈਆਂ। ਉਹ ਤੋਂ ਬਾਅਦ ਥੱਲੇ ਆ ਗਿਆ ਜੀ ਆਹ ਇਲੈਕਟ੍ਰਿਕ ਪਾਰਟ ਆ ਗਏ ਆਪਣੇ ਸਾਰੇ, ਹੈੱਡ ਲੈਂਪ, ਇਹ ਸਾਰੇ ਤਰ੍ਹਾਂ ਦੀ ਆਪਣੇ ਕੋਲ ਹੈੱਡ ਲੈਂਪਾਂ ਪਈਆਂ। ਫਿਰ ਆਹ ਆ ਗਈ ਜੀ ਇਹਦੀ ਸਪੈਂਡਲ ਆ ਗਏ, ਸਪੈਂਡਲ ਸ਼ਾਫਟਾਂ ਅਤੇ ਪਾਵਰ ਸਟੇਅਰਿੰਗ ਵਾਲਾ ਸਿਲੰਡਰ। ਉਹ ਤੋਂ ਬਾਅਦ ਇਹ ਆਪਣਾ ਲਿਫਟ ਪੰਪ ਪਿਆ ਜੀ, ਇਹ ਐਂਡ ਪਏ ਆ ਜੀ। ਸਾਰੇ ਦਾ ਸਾਰਾ ਸਮਾਨ ਆਪਣੇ ਕੋਲ ਅਵੇਲੇਬਲ ਪਿਆ, ਕੋਈ ਐਸੀ ਆਈਟਮ ਹੈ ਨਹੀਂ। ਆਹ ਦੇਖੋ ਜੀ ਆਹ ਮਗਰਲਾ ਗੇਅਰ ਦਾ ਸਮਾਨ ਆ ਗਿਆ ਆਪਣਾ, ਸਾਰਾ ਸਮਾਨ ਅਵੇਲੇਬਲ ਹੈ ਆਪਣੇ ਕੋਲ। ਜਿਹੜੇ ਚਾਈਲਡ ਪਾਰਟ ਹੈ ਉਹ ਵੀ ਸਾਰੇ ਅਵੇਲੇਬਲ ਹੈ। ਇਹ ਪਿਸਟਨ ਅਤੇ ਰਿੰਗ ਵਾਲਾ ਸੈਕਸ਼ਨ ਹੈ ਜੀ ਆਪਣਾ, ਇਹ ਨੀਚੇ ਲਿਖਿਆ ਹੀ ਹੈ ਮਾਰਕਰ ਨਾ, 4501 ਦੇ ਪਿਸਟਨ ਅਤੇ ਰਿੰਗ, 5501 ਦੇ ਪਿਸਟਨ ਅਤੇ ਰਿੰਗ। ਇੱਥੋਂ ਤੱਕ ਕਿ ਜਿਹੜੀ ਮੇਨ ਸੀਲ ਪੈਂਦੀ ਆ ਉਹਦਾ ਹਾਊਜਿੰਗ ਵੀ ਪਿਆ ਆਪਣੇ ਕੋਲ, ਜਿਹੜੀ ਉਹਦੀ ਕੈਜ਼ਟ ਟਾਈਪ ਸੀਲ ਹੁੰਦੀ ਹੈ ਨਾ, ਉਹ ਵੀ ਪਈ ਹੈ। L4508 ਦੇ ਪਿਸਟਨ ਆ ਗਏ ਜੀ, L4508 ਦੇ ਓਵਰ ਸਾਈਜ਼ ਆ ਗਏ, ਆਹ 5502 ਦੇ ਨਵੇਂ ਦੇ ਆ ਗਏ, ਆਹ ਆਇਲ ਪੰਪ ਵੀ ਪਿਆ ਜੀ। ਐਸੀ ਕੋਈ ਚੀਜ਼ ਹੈ ਨਹੀਂ ਜਿਹੜੀ ਆਪਣੇ ਕੋਲ ਅਵੇਲੇਬਲ ਨਹੀਂ ਪਈ। ਫਿਰ ਉਹ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਸੀਲਾਂ ਦੀ, ਤਾਂ ਸੀਲਾਂ ਵੀ ਆਪਣੇ ਕੋਲ ਸਾਰੀਆਂ ਅਵੇਲੇਬਲ ਪਈਆਂ। ਆਹ ਦੇਖੋ ਸਾਡੇ ਸਿਰਫ 5 ਮਾਡਲ ਆਉਂਦੇ ਆ ਜਿਨ੍ਹਾਂ 'ਚੋਂ ਯੂਜਲੀ ਜ਼ਿਆਦਾ ਚੱਲਦਾ ਜੀ, MU4501 ਅਤੇ 5502, ਉਹਨਾਂ ਦੀਆਂ ਸਾਰੇ ਦੀਆਂ ਸਾਰੀਆਂ ਸੀਲਾਂ ਪਈਆਂ। ਕੋਈ ਐਸੀ ਸੀਲ ਨਹੀਂ ਜਿਹੜੀ ਆਪਣੇ ਕੋਲ ਅਵੇਲੇਬਲ ਨਾ ਹੋਵੇ। ਉਹ ਤੋਂ ਬਾਅਦ ਆਹ ਦੇਖੋ ਜੀ ਕਲੱਚ ਦੀ ਜਿਹੜੀ ਅਸੈਂਬਲੀ ਆ ਪੂਰੀ, ਹੈ ਨਾ, ਉਹ ਵੀ ਅਵੇਲੇਬਲ ਆ ਆਪਣੇ ਕੋਲ। ਉਹ ਤੋਂ ਬਾਅਦ